ਡਾਕਟਰ ਸਾਹਿਬ ਜ਼ਰਾ ਤੁਸੀਂ ਸਾਨੂੰ ਦੱਸੋ ਕਿ ਇਹ ਦਵਾਈ ਕਿਸ ਤਰ੍ਹਾਂ ਲਗਾਉਣੀ ਚਾਹੀਦੀ ਹੈ। ਜੀ ਬੜਾ ਸੌਖਾ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਾਰੇ ਕੱਪੜੇ ਲਾ ਕੇ ਜਿੱਦਾਂ ਤੇਲ ਲਾਈਦਾ ਨਾ ਆਪਣੇ ਹੱਥ ਦੇ ਉੱਤੇ, ਸਪੋਜ਼ ਕਰ ਲਓ ਵੀ ਇਹ ਟਿਊਬ ਹੈ ਇੰਨੀ ਮਾੜੀ ਜਿਹੀ ਲੈਣੀ ਹੈ, ਉਹਨੂੰ ਮਲ ਕੇ ਸਭ ਥਾਂ 'ਤੇ ਮਲ ਲੈਣਾ, ਸਾਰੀ ਥਾਂ 'ਤੇ, ਗਰਦਨ ਤੋਂ ਥੱਲੇ ਥੱਲੇ, ਧੌਣ ਤੋਂ ਥੱਲੇ ਥੱਲੇ, ਮੂੰਹ 'ਤੇ ਲਾਉਣਾ ਨਹੀਂ, ਬਾਕੀ ਥਾਂ ਛੱਡਣੀ ਕੋਈ ਨਹੀਂ। ਔਰ ਯਾਦ ਰੱਖਣਾ ਹੈ ਕਿ ਉਂਗਲਾਂ ਦੇ ਵਿੱਚ, ਪੈਰਾਂ ਦੀ ਉਂਗਲਾਂ ਦੇ ਵਿੱਚ ਉੱਥੇ ਚੰਗੀ ਤਰ੍ਹਾਂ ਮਲ ਕੇ ਲਗਾਉਣੀ ਹੈ, ਠੀਕ ਹੈ ਜੀ। ਜਿਹੜੇ ਬੰਦੇ ਹੈ ਉਹਨਾਂ ਨੇ ਆਪਣੇ ਗੁਪਤ ਅੰਗਾਂ 'ਤੇ ਵੀ ਲਗਾਉਣੀ ਹੈ, ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪੈਨਿਸ ਦਾ ਪਰਦਾ ਪਿੱਛੇ ਕਰਕੇ ਉੱਥੇ ਨਹੀਂ ਲਗਾਉਣੀ, ਔਰ ਆਪਣੇ ਟੱਟੀ ਵਾਲੀ ਥਾਂ 'ਤੇ ਅੰਦਰ ਨਹੀਂ ਲਗਾਉਣੀ, ਬਾਰ ਬਾਰ ਚਿੱਤੜਾਂ 'ਤੇ, ਬਾਹਾਂ 'ਤੇ, ਸਭ ਥਾਂ 'ਤੇ ਲਗਾਉਣੀ ਹੈ। ਜਿਹੜੀਆਂ ਜਨਾਨੀਆਂ ਉਹਨਾਂ ਨੇ ਵੀ ਇਹ ਧਿਆਨ ਰੱਖਣਾ ਹੈ ਕਿ ਆਪਣੇ ਗੁਪਤਾਂਗਾਂ ਦੇ ਅੰਦਰ ਨਹੀਂ ਲਗਾਉਣੀ, ਲੇਕਿਨ ਮੈਂ ਦੁਬਾਰਾ ਦੱਸਦੇ ਹਾਂ ਵੀ ਮੂੰਹ ਤੋਂ, ਗਰਦਨ ਤੋਂ ਥੱਲੇ ਥੱਲੇ ਸਾਰੇ ਸਰੀਰ 'ਤੇ ਲਗਾਉਣੀ ਹੈ, ਖਾਸ ਕਰ ਉਂਗਲਾਂ ਦੇ ਵਿੱਚ, ਪੈਰਾਂ ਦੀਆਂ ਉਂਗਲਾਂ ਦੇ ਵਿੱਚ, ਔਰ ਮੂੰਹ ਦੇ ਉੱਤੇ ਬਿਲਕੁਲ ਨਹੀਂ ਲਗਾਉਣੀ। ਸਾਰੀ ਰਾਤ ਦਵਾਈ ਲੱਗੀ ਰਹੇਗੀ, ਸਵੇਰੇ ਉੱਠ ਕੇ ਜਿਹੜੇ ਕੱਪੜੇ ਪਾਏ ਹੈ ਉਹ ਗਰਮ ਪਾਣੀ ਨਾਲ ਧੋ ਲੈਣੇ ਹੈ, ਇੱਕ ਨਹਾ ਲੈਣਾ ਗਰਮ ਪਾਣੀ ਦੇ ਨਾਲ ਸਾਰਿਆਂ ਨੂੰ, ਬਸ ਇੱਕ ਵਾਰੀ ਦਵਾਈ ਨਾਲ ਸਾਰਿਆਂ ਦੀ ਜਿਹੜੀ ਹੈ ਉਹ ਖੁਰਕ ਠੀਕ ਹੋ ਜਾਏਗੀ। ਇਸ ਤੋਂ ਇਲਾਵਾ ਜਿਹੜੇ ਬਿਸਤਰ 'ਤੇ ਤੁਸੀਂ ਸੁੱਤੇ ਹੋ ਜਾਂ ਜਿਹੜਾ ਤੌਲੀਆ ਵਰਤਿਆ ਹੈ, ਜਿਹੜੇ ਰਾਤੀ ਕੱਪੜੇ ਪਾਏ ਹੈ, ਉਹ ਸਾਰੇ ਇੱਕੋ ਵਾਰੀ ਗਰਮ ਪਾਣੀ ਨਾਲ ਧੋ ਜਾਣ। ਜਿਹੜੇ ਲੋਕਾਂ ਨੂੰ ਥੋੜ੍ਹੀ ਬਹੁਤ ਮਾੜੀ ਮੋਟੀ ਰਹਿ ਜਾਏਗੀ ਉਹਨਾਂ ਨੂੰ ਅਸੀਂ ਕੱਲ੍ਹ ਆ ਕੇ ਦੇਖਾਂਗੇ, ਅਤੇ ਫਿਰ ਇੱਕ ਹਫ਼ਤੇ ਬਾਅਦ ਲੋੜ ਜਿਹਨਾਂ ਨੂੰ ਹੋਏਗੀ ਉਹਨਾਂ ਨੂੰ ਦੁਬਾਰਾ ਲਗਾਵਾਂਗੇ। ਇੱਕ ਦੂਸਰੀ ਗੱਲ ਸਮਝਣ ਵਾਲੀ ਇਹ ਹੈ ਕਿ ਇੱਕ ਸ਼ੀਸ਼ੀ ਦੋ ਬੰਦਿਆਂ ਵਾਸਤੇ ਬਹੁਤ ਹੈ, ਪੂਰੀ ਸ਼ੀਸ਼ੀ ਇਕੱਲੇ ਬੰਦੇ ਨੇ ਨਹੀਂ ਲਾ ਲੈਣੀ, ਠੀਕ ਹੈ। ਇਹ ਮਤਲਬ ਬਹੁਤ ਜ਼ਿਆਦਾ ਲਗਾਉਣ ਨਾਲ ਜਲਦੀ ਠੀਕ ਨਹੀਂ ਹੋਏਗਾ, ਥੋੜ੍ਹੀ ਲਗਾਉਣੀ ਹੈ, ਲੇਕਿਨ ਸਾਰੇ ਪਿੰਡੇ 'ਤੇ ਲਗਾਉਣੀ ਹੈ, ਗਰਦਨ ਤੋਂ ਥੱਲੇ ਲਗਾਉਣੀ ਹੈ, ਮੂੰਹ 'ਤੇ ਲਾਉਣੀ ਨਹੀਂ, ਬਾਕੀ ਥਾਂ ਛੱਡਣੀ ਹੋਏਗੀ। ਥੈਂਕ ਯੂ।